70 ਰੁਪਏ ਮਨ ਮੁੰਜੀ ਵੇਚੀ ਵਾ 70 ਰੁਪਏ ਮਨ ਕਣਕ ਵੀ ਵੇਚੀ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਤੇ 70 ਰੁਪਏ ਵੱਟੀ ਘਿਓ ਵੀ ਲੈ ਕੇ ਖਾਦੇ ਜਿਹੜਾ ਸਾਥ ਕਰਦੇ ਨੇ ਲੋਕ ਤੇ ਹੁਣ ਹੁਣ ਪਿਓ ਪੁੱਤਰ ਦਾ ਨਹੀਂ ਕਰਦਾ ਪੁੱਤਰ ਪਿਓ ਦਾ ਨਹੀਂ ਕਰਦਾ ਜਿਹੜਾ ਦਿਮਾਨਾ ਆ ਰਿਹਾ ਨਹੀਂ ਹਾਂਜੀ 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 ਅੱਛਾ ਉਹ ਵੇਲਾ ਠੀਕ ਸੀ ਉਹ ਇੱਡਾ ਵੇਲਾ ਚੰਗਾ ਹੂੰ ਉਦੋਂ ਜਿਹੜਾ 2 ਰੁਪਏ ਰੋਜ਼ ਦਾ ਕਮਾਲ ਹੀ ਦਾ ਸੀ ਨਾ ਬਾਅਦ ਚੋਂ ਆਉਂਦਾ ਹੀ ਮੈਂ ਖਰਾਬ ਜੀ ਨੇ ਬੋਤਲ ਜਿਹਨਾਂ ਨਜਾ ਉਹਰੇ ਬੋਜ ਜਿਹਨੇ ਧੋਖਾ ਮਾਰ ਲੈਣੇ ਉਹ ਡਾਂਗਾ ਮਾਰਦਾ ਕੋਈ ਇਨਦਾਂ ਨੂੰ ਕੋਈ ਦੁਸ਼ਮਨੀ ਹੀ ਉਹਦੀ ਰੂਹ ਜਿਉਂ ਜੈ ਨਹੀਂ ਬੜਾ ਦੁਖੀ ਹੋਈ ਹੈ ਹਾਂ ਹਾਂ ਉਹਦੋਂ ਦੀ ਗੱਲ ਅੱਛਾ ਅੱਛਾ ਉਹ ਡਾਂਗ ਮਾਰਦਾ ਸੀ ਤੇ ਬੰਦਾ ਮਾਰ ਛੱਡਦਾ ਮਾਰ ਜਾਂਦਾ ਇਹ ਛੰਡੇ ਦੀ ਗੱਲ ਹੈ ਜਿੱਤੇ ਇਹ ਛੰਡੇ ਦੀ ਗੱਲ ਆ ਸ਼ਹਿਰ ਜਾਈ ਨੇ ਜਾਈ ਦੇ ਰੇਲ ਤੇ ਕਿੰਨਾ ਕਰਾਇਆ ਹੁੰਦਾ ਸੀ ਉਦੋਂ ਪੁਰਾਣੇ ਉਦੋਂ 8 9 4 ਰਾਨੇ ਕਰਾਇਆ ਸ਼ਹਿਰ ਤੋਂ ਹੁੰਦਾ ਸੀ 4 ਰਾਨੇ ਗੁਜਰਾਵਾਲੇ ਦਾ ਕਰਾਇਆ ਗਖੜੋਂ ਜੀ ਆ ਆ ਬਾਅਦ ਤੇ 7-8 ਰੁਪਏ ਹੂੰ ਪਾਸ ਬਣਾਉਂਦੇ ਹਨ ਜਿਹੜੇ ਬੰਦੇ ਮਹੀਨੇ ਦਾ ਮਹੀਨੇ ਦਾ ਉਹ 7 ਰੁਪਏ ਕਿ 8 ਰੁਪਏ ਮਹੀਨੇ ਤੇ ਲੱਗਦੇ ਹਨ ਫਿਰ ਤੂੰ ਵੀ ਬੜਾ ਖਾਦਾ ਦੇਸੀ ਨਹੀਂ ਕਿਉਂ ਹੂੰ ਇਹਨਾਂ ਦੀ ਮਾਂ ਜਿੰਨਾ ਦੇ ਜਿਉਂਦੀ ਤੇ ਇਹਨਾਂ ਬੁਲਾਤੇ ਨਹੀਂ ਖਾਦਾ ਅੱਛਾ ਖਾਦਾ ਹੀ ਨਹੀਂ ਕੁੰਦਾ ਨਾ ਇਹ ਮੋਈਏ ਤੇ ਮਗਰੋਂ ਹਣ ਕੁੰਦਾ ਉਹਨਾਂ ਤੇ ਸਾਰੇ ਹੀ ਕੁੰਦਾ ਕੋਈ ਨਾ ਕੋਈ ਨਾ ਗੌਰ ਦਾ ਆਪਣਾ ਨਾਂ ਕੀ ਹੈ ਨਜ਼ਰਮੰਦ ਦਾ ਲੋਨ ਨਜ਼ਰ ਮੁਹੰਮਦ ਦਾ ਲੋਨ ਤੇ ਤੁਹਾਡੇ ਅੱਬਾ ਜੀ ਦਾ ਲਾਸ ਦੀ ਲਾਉਣ ਤੇ ਦਾਦਾ ਜੀ ਦਾ ਦਾਦਾ ਦਾ ਮਕਸੂਦ ਮਕਸੂਦ ਆਗਾਮੀ ਕੋ ਪੀੜ੍ਹੀ ਯਾਦ ਚ ਨਹੀਂ ਉਹ ਦੂਆਗ ਨਹੀਂ ਜਾਣ ਤੇ ਇਹ ਲਾਉਣ ਕਿਉਂ ਕਹਿੰਦੇ ਨੇ ਤੁਹਾਨੂੰ ਇਹ ਬੱਟਾਂ ਚ ਨਾ ਜਾਤਾਂ ਨਹੀਂ ਠੀਕ ਹੈ ਸਾਰਿਆਂ ਦਾ ਅਫਤਲ ਲਾਉਣ ਜਿਹੜੀਆਂ ਨੇ ਜਾਤ ਲਾਉਣ ਹੈ ਮਤਲਬ ਜਿਹੜੀ ਬੱਟਾਂ ਦੀ ਸਬ ਕਾਸ ਨੇ ਗੋਤਾ ਕਹਿ ਲਓ ਜਾਂ ਜਾਤਾਂ ਛੋਟੀਆਂ ਲੜੀਆਂ ਉਹਨਾਂ ਚੋਂ ਲੋਨ ਸਭ ਤੋਂ ਵੱਡੀ ਹੈ ਬਰਤ ਤੋਂ ਵੱਡੀ ਹੈ ਇਹ ਕਿੱਥੇ ਕਿੱਥੇ ਨੇ ਲੋਨ ਬੈਠੇ ਤੁਹਾਨੂੰ ਪਤਾ ਹੋਵੇ ਲੋਨ ਜਿਹੜੇ ਨਾ ਇੱਥੇ ਗਖੜੇ ਸਾਡੀ ਟਾਬਰੀ ਤੋਂ ਬਗੈਰ ਗਖੜ ਲੋਨ ਹੋਰ ਕੋਈ ਅੱਛਾ ਇੱਥੇ ਤੁਹਾਡੀ ਟਾਬਰੀ ਹੈ ਇੱਥੇ ਸਾਡੀ ਟਾਬਰੀ ਹੈ ਠੀਕ ਹੈ ਸਾਡੇ ਦਾਦੇ ਦੀ ਔਲਾਦ ਹੀ ਠੀਕ ਹੈ ਤੇ ਹੋਰ ਨੇੜੇ ਨੇੜੇ ਹੋਰ ਗੁਜਰਾਂ ਵਾਲੇ ਆਣ ਲੋਨ ਅੱਛਾ ਗੁਜਰਾਂ ਵਾਲੇ ਹੈਗੇ ਨੇ ਇਹ ਜਿੱਥੇ ਰਿਹਾ ਹੈ ਨਾ ਇਹ ਵੀ ਲੋਨਾ ਲਿਗਾਇਆ ਹੈ ਕਿੱਥੇ ਗੁਜਰਾਂ ਵਾਲੇ ਅੱਛਾ ਗੁਜਰਾਂ ਵਾਲੇ ਬੁਸਤੇ ਵਾਲੇ ਮਾਲੇ ਤੁਹਾਡਾ ਬੇਟਾ ਜੀਆ ਇਹ ਜਿਹੜਾ ਸਰਦ ਵੱਡਾ ਉਹ ਵੀ ਉੱਥੇ ਵਿਆਹ ਤੇ ਥਾਰੇ ਛੋਟਾ ਇਹ ਵੀ ਉੱਥੇ ਗਿਆ ਹੈ ਤੁਹਾਡੀ ਪਿਦائش ਕਿੱਥੋਂ ਦੀ ਹੈ ਮੇਰੀ ਪਿਦائش ਗਖੜ ਦੀ ਜੀ ਕਿਹੜੇ ਮੱਲੇ ਦੀ ਇਸੇ ਮੱਲੇ ਦੀ ਕੀ ਨਾਂ ਹੈ ਦਾ ਨਵੀਂ آبادی ਨਵੀਂ آبادی ਸਾਡੇ ਵੱਡੇੜੇ ਨੇ ਹਾਂਜੀ ਸਾਡਾ ਦਾਦਾ ਕਿਲੇ ਕਸ਼ਮੀਰੋਂ ਆ ਕੇ ਨਾ ਹਾਂ ਇੱਥੇ ਕੰਗਭ ਲੱਗਣ ਨੇ ਸਿਆਲਕੋਟ ਦੀ ਨਹਿਰ ਦੇ ਨਾਲ ਪਰ ਕੋਲ ਉੱਥੇ ਆ ਕੇ ਬੈਠਿਆ ਨਾ ਗੋ ਪਿਓ ਤੁਹਾਡੇ ਜਿਹੜੇ ਨਾ ਉੱਥੇ ਗਖੜ ਆਏ ਹਨ ਕਸ਼ਮੀਰੋਂ ਪਹਿਲਾਂ ਕੰਗ ਬਲਗਣ ਆਏ ਦਾਦੇ ਸਾਡੇ ਆ ਫਿਰ ਗਖੜ ਆ ਗਏ ਫਿਰ ਗਖੜ ਆਏ ਤੁਹਾਡੀ ਬਦੈਸ਼ ਗਖੜ ਦੀ ਮੇਰੀ ਬਦੈਸ਼ ਗਖੜ ਦੀ ਇਸੇ ਮੱਲੇ ਦੀ ਇਸੇ ਮੱਲੇ ਦੀ ਹੋਰ ਇੱਥੇ ਤੁਹਾਡਾ ਮੱਲੇ ਦਾ ਨਾਮ ਤੇ ਹੋ ਗਿਆ ਨਵੀਂ ਆਬਾਦੀ ਨਹੀਂ ਬਾਦੀ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇਹਦਾ ਹੀ ਨਾਮ ਸੀ ਇਹ ਪਹਿਲਾਂ ਗਖੜ ਸਾਰੇ ਤੋਂ ਨਾ ਪਹਿਲੂ ਨਵੀਂ ਆਬਾਦੀ ਇਹ ਆ ਸਾਡੇ ਵੱਡੇ ਜਾ ਕੇ ਤੇ ਮਕਾਨ ਬਣਾ ਕੇ ਨਵੀਂ ਬਾਦੀ ਬਣਾਈ ਅੱਛਾ ਇਹ ਸੜਕਾਂ ਚੜਦੇ ਵੇ ਚੜਦੇ ਹੋਰ ਇੱਥੇ ਕਿਹੜੇ ਕਿਹੜੇ ਨਾਲ ਮਹੱਲੇ ਨੇ ਤੁਹਾਡੇ ਹੋਰ ਉਹਨਾਂ ਅੱਗੋਂ ਤੋਂ 35 ਮਹੱਲੇ ਬਣ ਗਏ ਨੇ ਪੁਰਾਣੇ ਜਿਹੜੇ ਮਹੱਲੇ ਸਨ ਪੁਰਾਣੇ ਪੁਰਾਣਾ ਮੁਹੱਲਾ ਸਾਹਬਨਾ ਸਾਡੀ ਨਹੀਂ ਬادیه ਇਹ ਹਾਂ ਅੱਗੋਂ ਉਹ ਚੀਮਾ ਟਾਉਣਾ ਫਲਾਣਾ ਟਾਉਣਾ ਪੁਰਾਣੇ ਟਾਉਣਾ ਹੋਣਾ ਬਣ ਗਏ ਪੰਜ ਪੰਜ ਸੱਤਾਂ ਸਾਲਾਂ ਹੀ ਬਣੇ ਨੇ ਹਾਂ ਅ ਜਦੋਂ ਸਾਡੀ ਜਿਹੜੀ ਬੈਨ ਆ ਤੁਹਾਡੀ ਮਸਜਿਦ ਉਰ ਬੇਖੀ ਹੋਣੀ ਇਹਦੂਪਰ ਸਭ ਪਹਿਲੀਆਂ ਹਨ ਅੱਛਾ ਸਭ ਪੈੜੀਆਂ ਦਾ ਸਾਡੇ ਮੇਰੇ ਹੁਣ ਦਾ ਦਾਰਾ ਸਾਡੇ ਕੋਲ ਇਦੋਂ ਅੱਗੇ ਸਭ ਪੈੜੀਆਂ ਨਤੰਦਾਰੇ ਦਾ ਕੀ ਨਾਮ ਹੈ ਜਿਹੜੇ ਦਾਰੇ ਬਾਬੇ ਪੀਰ ਸਾਹਿਬ ਦਾ ਦਾਰਾ ਕਹਿੰਦੇ ਅੱਛਾ ਬਾਬੇ ਪੀਰ ਸਾਹਿਬ ਦਾ ਜੀ ਤੇ ਜਦੋਂ ਪਾਕਿਸਤਾਨ ਬਣਿਆ ਦੋ ਮੁਲਕ ਵੱਖੋ ਵੱਖ ਹੋ ਗਏ ਹਿੰਦੁਸਤਾਨ ਤੇ ਪਾਕਿਸਤਾਨ ਉਦੋਂ ਤੁਹਾਡੀ ਕਿੰਨੀ ਉਮਰ ਸੀ ਉਦੋਂ ਮੇਰੇ ਵੀ ਲਗ 11 ਸਾਲ ਉਮਰ ਹੋਣੀ ਸੀ ਤੇ ਤੁਹਾਨੂੰ ਕੋਈ ਯਾਦ ਜਦੋਂ ਇਹ ਬਣਿਆਵੇਂ ਤੇ ਉਦੋਂ ਤੁਸੀਂ ਕਿੱਥੇ ਹੁੰਦੇ ਸੋ ਸਕੂਲੇ ਪੜਦੇ ਸੋ ਜਾਂ ਕੰਮ ਕਰਦੇ ਸੋ ਕੀ ਹੁੰਦਾ ਸੀ ਮੈਂ ਤੁਹਾਨੂੰ ਦੱਸਿਆ ਨਾ ਕਿ ਭਾਈ ਮੈਂ ਦਰਦੀਆਂ ਦਾ ਕੰਮ ਕਰਦਾ ਆ ਇਹ ਪਿੰਡੀ ਹੁੰਦਾ ਹਾਂ ਇਹ ਜਦੋਂ ਵੱਡ ਵਡੰਗੇ ਹੋਏ ਜਦੋਂ ਵੱਡ ਵਡੇ ਜਾ ਹੋਇਆ ਅੱਛਾ ਜਦੋਂ ਮੈਂ ਥੋੜਾ ਠੰਢ ਠਈਆ ਹੋਇਆ ਨਾ ਦੂ ਤਿੰਨਾਂ ਮਹੀਨਿਆਂ ਬਾਅਦ ਕਿੱਡੀਆ ਮੈਂ ਆਇਆ ਅੱਛਾ ਸਾਡੇ ਕੋਲ ਇਥੇ ਨਾ ਅੱਟੇ ਹਿੰਦੇ ਕੋਈ ਕਾਰਨ ਹੁੰਦਾ ਹੀ ਹਿੰਦੂਆਂ ਦਾ ਹੂੰ ਦਰੀਆਂ ਦਾ ਕੰਮ ਕਰਦਾ ਸੀ ਠੀਕ ਹੈ ਉਹ ਪੁਰਾਣੇ ਜ਼ਮਾਨੇ ਦੇ ਗਖੜ ਜਿਹੜਾ ਨਾ ਖੱਕੜੀ ਦਾ ਹੂੰ ਤੇ ਦਰੀਆਂ ਦਾ ਮਸ਼ਹੂਰ ਹੀ ਖੱਕੜੀਆਂ ਦਾ ਤੇ ਦਰੀਆਂ ਦਾ ਦਰੀਆਂ ਦਾ ਗਖੜ ਮਸ਼ਹੂਰ ਸੀ ਗਖੜ ਮਸ਼ਹੂਰ ਸੀ ਅੱਛਾ ਖੱਕੜੀ ਜਿਹੜੀ ਹੈ ਨਾ ਹੂੰ ਕਰਾਚੀ ਤਿੱਕਰ ਜਾਂਦੀ ਸੀ ਗਖੜਾਂ ਗਖੜ ਦੀ ਗਖੜ ਦੀ ਵਾਹ ਜੀ ਵਾਹ ਵਾਹ ਜੀ ਵਾਹ ਅੱਛਾ ਇਨੀ ਕੁ ਖੱਕੜੀ ਹੁੰਦੀ ਸੀ ਹੂੰ 40 50 ਟਰੱਕ ਰਾਹ ਨੂੰ ਖੱਕੜੀ ਦੇ ਨਿਕਲਦੇ ਆਣੇ ਤੋਂ ਉਹ ਜਿਹੜਾ ਤੁਸੀਂ ਦੱਸਣ ਦੇ ਉਹ ਹਿੰਦੂ ਦਾ ਕਾਰਖਾਨਾ ਉਹਦੇ ਨਾਂ ਹੈ ਸੀ ਕੋਈ ਕਾਰਖਾਨੇ ਦਾ ਜਾਂ ਹਿੰਦੂ ਦਾ ਕੋਈ ਯਾਦ ਹੈ ਉਹ ਉਹ دیਵਾਨਾ ਦਾ ਕਾਰਖਾਨਾ ਦੱਸ ਦੇਣ دیਵਾਨਾ ਦਾ ਕਾਰਖਾਨਾ ਉਹ ਅਲੀਪੁਰੋ ਆ ਕੇ ਨਾ ਜਦੋਂ ਮੰਡੀ ਪਈ ਹੈ ਨਾ ਹਾਂ ਇਹ ਵੱਡਿਆਂ ਕੋਲੋਂ ਸੁਣੀਦਾ ਹਾਂ ਜਦੋਂ ਮੰਡੀ ਪਈ ਨਾ ਤੁਹਾਡੀ ਹੋਜਤੋ ਨਾ ਪਹਿਲੂ ਪਈ ਗੱਖੜ ਵਾਲੀ ਗੱਖੜ ਵਾਲੀ ਠੀਕ ਹੈ ਉਹ ਸਾਡੇ ਉਹਨਾਂ ਆ ਕੇ دیਵਾਨਾ ਇਹ ਤੇ ਕਾਰਖਾਨਾ ਪਾਇਆ ਸੀ ਹਾਂ ਉਹ ਉਹ ਦੀਵਾਨ ਜਿਹੜੇ ਨੂੰ ਉਦੋਂ ਹੁਣ ਅਲੀਪੁਰਾ ਨੰਨੋ ਉਹਨੂੰ ਕਾਲਗੜ੍ਹ ਦੀ ਪਹਿਲਾ ਨਾਮ ਆ ਕਾਲਗੜ੍ਹ ਨਾਮ ਸੀ ਉਹਦਾ ਉਹਰਾ ਨਾ ਕਾਲਗੜ੍ਹ ਸੀ ਠੀਕ ਹੈ ਅੱਛਾ ਹਾਂ ਉਹਨੇ ਦੁਵਾਨਾ ਲਾ ਕੇ ਕਾਰਖਾਨਾ ਪਾਇਆ ਸੀ ਹਾਂ ਇਹ ਹੀ ਮੈਨੂੰ ਪਤਾ ਹੈ ਉਹਨਾਂ 99 ਸਾਲਾਂ ਤੇ ਕਿਰਾਏ ਤੇ ਜਗ੍ਹਾ ਲਈ ਸੀ ਵਾਹ ਜੀ ਵਾ ਲੀਸ ਤੇ ਜਗ੍ਹਾ ਲੈ ਕੇ ਤੇ ਕਾਰਖਾਨਾ ਬਣਾਇਆ ਕਾਰਖਾਨਾ ਪਾਇਆ ਸੀ ਉੱਥੇ ਹਾਂ 8 ਕੋਲੂ ਹਨ ਤੇਲ ਕੱਢਣ ਵਾਲੇ ਵਾਹ ਜੀ ਵਾ 8 ਮਸ਼ੀਨਾਂ ਰੂ ਕਪਾਹ ਵੇਲਣ ਵਾਲੀਆਂ ਵਾਹ ਜੀ ਵਾ ਵਾਹ ਜੀ ਵਾਹ 8 ਮਸ਼ੀਨਾਂ ਸਨ ਮੁੰਜੀ ਛੜਨ ਵਾਲੀਆਂ 8 ਮਸ਼ੀਨਾਂ ਤੇਲ ਕੱਢਣ ਵਾਲੀ 8 ਰੂਵ ਵੜਨ ਵਾਲੀ ਜੀ 8 ਜੜੀਆਂ ਨੇ ਉਹ ਤੇਲ ਚੌੜ ਛੜਨ ਵਾਲੀਆਂ ਵਾਹ ਜੀ ਵਾਹ ਇਹ دیਵਾਨਾ ਨੇ ਲਾਈਆਂ دیਵਾਨਾ ਨੇ ਲਾਈ ਆ ਕੀ ਬਾਤ ਕੀ ਬਾਤ ਤੇ ਉਦੋਂ ਮਜ਼ਦੂਰ ਜਿਹੜਾ ਨਾ ਬਹੁਤ ਘੱਟ ਲੱਭਦੇ ਹਨ ਹਮ ਇਹਨਾਂ ਦਾ ਨਾਨਾ ਇੱਕ ਦਾਹ ਨੂੰ ਜਨਮਦੀਵ ਕਰੇ ਹਮ ਪੂਰਾ ਉਦੋਂ ਉੱਥੇ ਹਿੰਦੂਆਂ ਦਾ ਕਾਰੋਬਾਰ ਸੀ ਉਹ ਰੇੜੀਆਂ ਬਣਾਈਆਂ ਹਨ ਅਲੀਪੁਰ ਦੋ ਮੰਡੀਆਂ ਨੇ ਅੱਛਾ ਜੀ ਉਹਨੇ ਮੈਂ ਦੁਵਾਨਾ ਆਖਿਆ ਯਾਰ ਹਣ ਉਹ ਤੇਜਾ ਕਾਰਨ ਆ ਬਸ ਉਹਨਾਂ ਬੰਦੇ ਵੀ ਦੇ ਗੱਖੜ ਵਾਸਤੇ ਗੱਖੜਾ ਦੇ ਉਹਨੇ ਮੈਂ ਤਰੇ ਚਾਰ ਭਰਾ ਚਾਚਾ ਬਾਬੇ ਉਹਨਾਂ ਇਥੇ ਨਾਲ ਕੱਲੇ ਆਣ ਦੁਵਾਨਾ ਦੇ ਵਾਹ ਜੀ ਵਾਹ ਕਿਹੜੀਆਂ ਕਿਤਾਬੀ ਕੰਮ ਕਰਨਾ ਆਤੇ ਤੇ ਪਲੇਦਾਰੀ ਵੀ ਕੰਮ ਕਰਨਾ ਆਤੇ ਹੂੰ ਹੂੰ ਉਹਨਾਂ ਉਹ ਤੇ ਨਾਲ ਕੱਲੇ ਆਣ ਇਹ ਤੇ ਫਿਰ ਇਹ ਕਹਿ ਸਕਦੇ ਆ ਕਿ ਤੁਹਾਡੀ ਬਰਾਦਰੀ ਵਾਲੇ ਫਿਰ ਮੰਡੀ ਆਬਾਦ ਕੀਤੀ ਸੀ ਬਸ ਸਾਡੀ ਬਰਾਦਰੀ ਮੰਡੀ ਬਾਲ ਕੀਤੀ ਗੱਖੜ ਦੀ ਮੰਡੀ ਜੀ ਮਤਲਬ ਇਥੇ ਆੜਤ ਪਾਂਡੀ ਕਹਿ ਲੋ ਆੜਤ ਕਹਿ ਲੋ ਇਹ ਸਾਰੇ ਕੰਮ ਤੁਹਾਡੀ ਲੌਨ ਬ੍ਰਦਰਰੀ ਦੇ ਬੰਦੇ ਕਰਦੇ ਰਹੇ ਕਰਦੇ ਰਹਿੰਦੇ ਆ ਅੱਛਾ ਜੇ ਤੇ ਤੁਹਾਡੇ ਇਸ ਮੁਹੱਲੇ 'ਚ ਵੀ ਕੁ ਸਿੱਖ ਹਿੰਦੂ ਰਹਿੰਦੇ ਹਨ ਸਾਡੇ ਮੁਹੱਲੇ ਤੁਹਾਡੇ ਮੁਹੱਲੇ ਕਹਿੰਦਾ ਪਿਛਲੇ ਪਾਸੇ ਹੁੰਦੀ ਨੂੰ ਆ ਅੱਛਾ ਜਾਂ ਉਹ ਟੇਸ਼ਨਲ ਹੂੰ ਇਹਨਾਂ ਦਾ ਘਰ ਦਾ ਤਰਾਚਰ ਅੱਛਾ ਠੀਕ ਹੈ ਤੇ ਜਾਂ ਉਹ ਮੰਡੀ ਦੇ ਦੁਆਲੇ ਵੀ ਆ ਸਾਂ ਪੰਜ ਚਾਰ ਘਰ ਦੁਆਲੇ ਠੀਕ ਹੈ ਜਦੋਂ ਤੁਸੀਂ ਪਿੰਡੀ ਸੋ ਉੱਥੇ ਕੁਝ ਵੇਖਿਆ ਤੁਹਾਨੂੰ ਵੱਡ ਵਡੰਗੇ ਜਾਂ ਰੋਲੇ ਰੱਪੇ ਮੈਂ ਬਨ ਵੱਡ ਬਡਾਈ ਹਾਂ ਮੈਂ ਉੱਥੇ ਹੁੰਦਾ ਛੰਡੇ ਅੱਛਾ ਉਹ ਪੁਲਸ ਲੈਂਦੇ ਨਾਲ ਛੰਡਾ ਜੀ ਮੱਲਾ ਠੀਕ ਹੈ ਉੱਥੇ ਹੁੰਦਾ ਮੇਰੇ ਜਿਹੜੀ ਦੁਕਾਨ ਸੀ ਨਾ ਛਰਕ ਦੇ ਉੱਤੇ ਹੀ ਸਾਡੀ ਦਰਜ਼ੀਆਂ ਦੀ ਦਰਜ਼ੀਆਂ ਦੀ ਕੋਈ ਨਾਂ ਵੀ ਆਇਆ ਸੀ ਦੁਕਾਨ ਦਾ ਤੁਹਾਡੇ ਦਾ ਕੀ ਨਾਂ ਸੀ ਨਾ ਨਾਂ ਦਾ ਨਹੀਂ ਉਹ ਨਾ ਉਹ ਦੁਕਾਨਾਂ ਦਾ ਕੋਈ ਬਾ ਦਰਦੀਆਂ ਦੀ ਦੁਕਾਨ ਠੀਕ ਹੈ ਅੱਛਾ ਜੀ ਝੰਡੇ ਤੁਹਾਡੀ ਦੁਕਾਨ ਸੀ ਝੰਡੇ ਦੁਕਾਨ ਸੀ ਜਿੰਨਾ ਕੋ ਮੈਂ ਕੰਮ ਸਿੱਖਦਾ ਠੀਕ ਹੈ ਉਦੋਂ ਜਦੋਂ ਵੱਡ-ਵਡੇ ਆ ਹੋਇਆ ਨਾ ਹਮ ਅੱਲਾ ਮਾਫੀ ਦੇ ਅੱਲਾ ਮਾਫੀ ਦੇ ਪਠਾਨ ਸਾਈਂ ਮੁੰਡਾ ਇੱਕ ਅੱਛਾ ਤੁਹਾਡੇ ਆਗਣ ਹਮ 20-25 ਸਾਲਾਂ ਦਾ ਹੋਣੇ ਅੱਛਾ ਉਦੋਂ ਗੱਡੀਆਂ ਜਿਹੜੀਆਂ ਨਾ ਚਕਲਾ ਲਿਓ ਹਿੰਦੂਆਂ ਨੂੰ ਲਾਦੇ ਹਨ ਤੇ ਕੱਢਦੇ ਹਨ ਦੇਤਾਂ ਇਧਰ ਲਾਹੌਰ ਵਾਲ ਨੂੰ ਟੋਰ ਛੱਡਦੇ ਟੋਰ ਛੱਡਦੇ ਹਮ ਉਹ ਮੁੰਡੇ ਨੂੰ ਵੇਖਿਆ ਅੱਲਾ ਮਾਫੀ ਦੇ ਹਮ ਜਦੋਂ ਵੀ ਗੱਡੀ ਆਈ ਗੱਡੀਆਂ ਤੇ ਟਾਂਗੇ ਹੀ ਹੁੰਦੇ ਹਨ ਉਦੋਂ ਹਮ ਉਦੋਂ ਲਾਰੀਆਂ ਯਾਰੀਆਂ ਰਾਜੇ ਖੱਟਾ ਚਾਹੀ ਕੋ ਨਹੀਂ ਟਾਂਗੇ ਹੀ ਹੁੰਦੇ ਹਨ ਟਾਂਗੇ ਟਾਂਗਿਆਂ ਤੋਂ ਲੱਦ ਕੇ ਨਾ ਉੱਚਕ ਲਾ ਲੈ ਹਿੰਦੂਆ ਨੂੰ ਘਾਲਦੇ ਹਨ ਅੱਛਾ ਉਹ ਤੋੜਦਾ ਹੀ ਉਹ ਕੋ ਡਾਂਗ ਦੀ ਕੋ ਦੂ ਕੋ ਗਜਾਂ ਦੀ ਤਰੂ ਦੀ ਅੱਛਾ ਉਦੋਂ ਅਸਲਾ ਵੀ ਕੇ ਕੋ ਕੋ ਨਹੀਂ ਡਾਂਗੇ ਹੀ ਹਨ ਇਹ ਡਾਂਗੇ ਹੀ ਅਸਲਾ ਸਾ ਤੂੰ ਯਕੀਨ ਕਰੀ ਮੈਂ ਆਪਣੀ ਅੱਖਾਂ ਨਾਲ ਵੇਖਿਆ ਹਮ ਜਿਹੜੇ ਵੀ ਟਾਂਗਾ ਆਇਆ ਨਾ ਉਸ ਇੱਕੋ ਇੱਕੋ ਡਾਂਗ ਮਾਰੀਏ ਇੱਕੋ ਕ ਬੰਦੇ ਨੂੰ ਤੇ ਥੱਲੇ ਪਿਆ ਟਾਂਗੀਆਂ ਉਹ ਕੌਣ ਮਾਰਦੇ ਹਣ ਟਾਂਗਾ ਉਹ ਪਠਾਨ ਸੀ ਮੁੰਡਾ ਇੱਕ ਅੱਛਾ ਮੁਸਲਮਾਨ ਸੀ ਹਾਂ ਉਹ ਜਿੰਨੂੰ ਡਾਂਗ ਪੈਂਦੀ ਨਾ ਟਾਂਗੀਆਂ ਥੱਲੇ ਬਗਰਾ ਪੁਲਿਸ ਆਉਂਦੀ ਚੁੱਕ ਲੈਣੀ ਕੋਈ ਮੋਇਆ ਹੁੰਦਾ ਕਿ ਮਰ ਨਹੀਂ ਉਹ ਜਿਹੜਾ ਪਠਾਨ ਸੀ ਉਹ ਕਿਹਨਾਂ ਨੂੰ ਡਾਂਗਾ ਮਾਰਦਾ ਕੋਈ ਹਿੰਦੂਆਂ ਨੂੰ ਕੋਈ ਦੁਸ਼ਮਣੀ ਸੀ ਉਹਦੀ ਰੂਹ ਜਿਉਂ ਜੈ ਨਹੀਂ ਬੜਾ ਦੁਖੀ ਹੋਈਗੀ ਹਾਂ ਹਾਂ ਉਦੋਂ ਦੀ ਗੱਲ ਅੱਛਾ ਅੱਛਾ ਉਹ ਡਾਂਗ ਮਾਰਦਾ ਸੀ ਤੇ ਬੰਦਾ ਮਾਰ ਛੱਡਦਾ ਮਾਰ ਛੱਡਦਾ ਇਹ ਛੰਡੇ ਦੀ ਗੱਲ ਹੈ ਜਿੱਥੇ ਛੰਡੇ ਦੀ ਗੱਲ ਹੈ अच्छा या फिर ਤੁਸੀਂ ਵੇਂਦੇ ਰਹੇ ਹੋ ਵੀ ਲੋਕ ਟੇਸ਼ਨਾਂ ਤੇ ਜਾ ਰਹੇ ਨੇ ਵੇਂਦੇ ਵੇਂਦੇ ਨੇ اچھا ਯਾ ਤੁਹਾਡੇ ਕੋਲੋਂ ਉਹ ਕੱਪੜੇ ਵੀ ਸਵਾੰਦੇ ਹੀ ਹੋਣੇ ਨੇ ਫਿਰ ਉਦੋਂ ਹਿੰਦੂ ਸਿੱਖ ਵੀ ਨਹੀਂ ਹਿੰਦੂ ਉਹ ਮਹੱਲੇ ਜਿੰਦੂ ਕੋ ਨਹੀਂ ਹਨ اچھا ਮੁਸਲਮਾਨ ਹੀ ਸਨ ਉਹ ਮਹੱਲਾ ਪੁਲਿਸ ਲੈ ਆਉਂਦੇ ਨੇ ਨਾਲ ਹੀ ਇਹ ਝੰਡਾ ਖਵਾਉਂਦਾ ਹੁਣ ਵੀ ਹੂੰ ਹੂੰ ਮੈਂ ਤਾਂ ਪੰਜ ਚਾਰ ਸਾਲ ਰਿਹਾ ਵਾਂ ਤੇ ਤੁਹਾਡਾ ਜਿਹੜਾ ਉਸਤਾਦ ਸੀ ਜਿਹਦੇ ਕੋ ਕੰਮ ਸਿੱਖਦੇ ਹੋ ਉਹਦਾ ਕੀ ਨਾਮ ਹੈ ਦੀਨ ਮੁਹੰਮਦ ਦੀਨ ਮੁਹੰਮਦ ਉਹ ਤੁਹਾਡੀ ਬਰਾਦਰੀ ਦਾ ਸੀ ਨਹੀਂ ਹੂੰ ਉਹ ਸਾਡਾ ਪੀਰਖਾਨਾ ਸੀ ਉਹਨਾਂ ਚੋਂ ਹੀ ਤੁਹਾਡੇ ਪੀਰਾਂ ਦਾ ਕੀ ਨਾਂ ਸੀ ਜਿਹੜੇ ਪੀਰਖਾਨਾ ਪੀਰਖਾਨਾ ਸਾਡਾ ਬੜਕੀ ਬਧਾਲ ਇਹ ਕਿੱਥੇ ਵੇ ਇਹ ਗੁਦਰਖਾਨ ਦੇ ਨਾਲ ਹੀ ਨਿਕਿਆ ਜ ਪਿੰਡੇ ਪਿੰਡੇ ਉੱਥੋਂ ਬੜਕੀ ਬਧਾਲ ਮਹੱਲਾ ਉੱਥੋਂ ਦਾ ਦਰਜੀ ਸੀ ਦੀਨ ਮੁਹੰਮਦ ਦੀਨ ਮੁਹੰਮਦ ਉਹਦੇ ਕੋਲ ਤੁਸੀਂ ਸਿੱਖਦੇ ਸੀ ਜੀ ਫਿਰ ਕਿੰਨੀ ਦੇਰ ਰਹੇ ਪਿੰਡੀ ਪਿੰਡੀ ਮੈਂ ਤਰਾ 4 ਸਾਲ ਰਹਿਆ ਅੱਛਾ ਫਿਰ ਜਦੋਂ ਅਮਨ ਅਮਾਨ ਹੋ ਗਿਆ ਫਿਰ ਇੱਥੇ ਗੱਲ ਕਰਾਇਆ ਉਦੋਂ ਕੀ ਇੱਥੇ ਵੀ ਕੋਈ ਸੁਣਿਆ ਕਿਸੇ ਕੋ ਕੋ ਵੱਡ ਵਡੰਗਾ ਹੋਇਆ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਉਦੋਂ ਇੱਥੇ ਇਹਨਾਂ ਪਤਾ ਲੱਗਿਆ ਸੀ ਉੱਥੇ ਹਨ ਗੱਡੀ ਸਪੈਸ਼ਲ ਆਈ ਸੀ ਅੱਛਾ ਉਹ ਜਵਾਨੀ ਹਮ ਤੇ ਕੇ ਤੇ ਕਸਾਈ ਮੁੰਡਾ ਹੁੰਦਾ ਸੀ ਹਮ ਉਹਨੇ ਉਦੋਂ ਗੋਲਾ ਗੱਡੀ ਲਾਉਂਦੇ ਗੋਲਾ ਲਮਕਾਉਂਦੇ ਹਨ ਅੱਛਾ ਗੋਲਾ ਚੁੱਕਦੀ ਜਿਹੜੀ ਗੱਡੀ ਘਰਉਣੀ ਦੀ ਹੁੰਦੀ ਅੱਛਾ ਸਿਗਨਲ ਮਤਲਬ ਗੋਲੇ ਦਾ ਹੁੰਦਾ ਹੈ ਗੋਲੇ ਦਾ ਹੁੰਦਾ ਹੈ ਅੱਛਾ ਹੁਣ ਤੇ ਟੈਲੀਮਨ ਉਦੋਂ ਗੋਲੇ ਹੁੰਦੇ ਹਨ ਉਹ ਗੋਲਾ ਚੁੱਕਦੀ ਹੀ ਗੱਡੀ ਠੀਕ ਹੈ ਉਹਨੇ ਉਹ ਗੋਲਾ ਵੀ ਲਾ ਲਿਆ ਗੋਲਾ ਖੋਲੇ ਵਰ ਕੋ ਨਾਂ ਲੰਦ ਉਹ ਗੱਡੀ ਖਲੋਤੀ ਉਹ ਪਾ ਕੇ ਉਹਨੇ ਦੋ ਤਰ੍ਹਾਂ ਹਿੰਦੂ ਤੇ ਇੱਕ ਮਾਰ ਛੜਿਆ ਇੱਥੇ ਗੱਕੜ ਇੱਥੇ ਗੱਕੜ ਤੇ ਜਾਂਦੇ ਉਹ ਕਿੰਨਾ ਦਾ ਮੁੰਡਾ ਸੀ ਕਸਾਈ ਸੀ ਮੁੰਡਾ ਅੱਛਾ ਉਹਨੇ ਮਾਰੇ ਫਿਰ ਉਹਨੇ ਮਾਰੇ ਇੱਦੋਂ ਗੱਡੀ ਨਾ ਜਿਹੜੀ ਨਾਰਮਲ ਕੋਲ ਜਾ ਕੇ ਹੂੰ ਬੰਦ ਹੋ ਗਈ ਉੱਤੇ ਪਾ ਕੇ ਉਹਨੇ ਇਹ ਬੰਦ ਮੁਤਲਵਾਣ ਵੀ ਇੱਕ ਦੋ ਨਾ ਮਾਰ ਛੜਿਆ ਅੱਛਾ ਉਹਨੇ ਦੋ ਤਰ੍ਹਾਂ இந்து ਤੇ ਕਮਾਰਚ ਰਿਆ ਹੂੰ ਹੂੰ ਅੱਛਾ ਇਹ ਇਹ ਫਿਰ ਜਿਹੜੇ ਇੱਥੇ ਸਿੱਖ Hindu ਇੱਥੋਂ ਗਏ ਸਨ ਉਹਨਾਂ ਦੇ ਘਰ ਤੇ ਖਾਲੀ ਹੋ ਗਏ ਜੇ ਉੱਥੇ ਫਿਰ ਕੌਣ ਆਇਆ ਉੱਥੇ ਜਿਹੜਾ ਮਹਾਜਰ ਉਹਨੂੰ ਹੋ ਕੇ ਨਿਆਣਾ ਹੈ ਆਹੋ ਉਹਨਾ ਆ ਕੇ ਸਾਹਮਣੇ ਅੱਛਾ ਆਏ ਨੇ ਮਹਾਜਰ ਫਿਰ ਮਹਾਜਰ ਵਿੱਚ ਇਹ ਸਾਡੀ ਮੈਂ ਮੰਡੀ ਦੀਆਂ ਨਾ ਹਾਂ ਅੰਦਰਲੇ 40 ਦੁਕਾਨਾਂ ਨੇ ਮੰਡੀ ਦੀ ਅੰਦਰ 40 ਦੁਕਾਨਾਂ 40 ਦੁਕਾਨਾਂ ਨੇ ਠੀਕ ਹੈ ਉਹ ਸਾਡ तकरीबन ਤਰੇ ਚਾਰ ਦੁਕਾਨਾਂ ਮੁਸਲਮਾਨਾਂ ਦੀਆਂ ਹਨ ਅੱਛਾ ਦੂਜੀਆਂ ਸਾਰੀਆਂ ਹਿੰਦੂਆਂ ਦੀਆਂ ਉਹ ਤੇ ਫਿਰ ਇੰਜ ਹੋ ਗਿਆ ਨਾ ਜੇ 40 ਦੁਕਾਨਾਂ ਹਨ ਨਾ ਤਰੇ ਚਾਰ ਹੋ ਗਈਆਂ ਨਾ ਮੁਸਲਮਾਨਾਂ ਦੀਆਂ ਗਖੜ ਵਾਲਿਆਂ ਦੀਆਂ ਯਾ ਬਾਕੀ ਜਿਹੜੀ ਦੁਕਾਨਾਂ ਹਨ ਨਾ 36 ਉਹ ਫਿਰ ਮਹਾਜਰਾਂ ਨੂੰ ਮਿਲੀਆਂ ਉਹ ਮਹਾਜਰਾਂ ਨੂੰ ਮਿਲੀਆਂ ਉਹ ਕਿੱਥੋਂ ਆਏ ਨੇ ਕੋਈ ਪਤਾ ਉਹ ਕੋਈ ਬਰਸਰੋਂ ਆਇਆ ਕੋ ਕਿਤਲੋਂ ਆਇਆ ਕਿਤਲੋਂ ਆਇਆ ਅੱਛਾ ਉਹ ਨਾ ਹਣੋ ਉਹ ਦੁਕਾਨਾਂ ਵੇਚ-ਵਿਚ ਕੇ ਨਾ ਹਾਂ ਤੇ ਉਹ ਗੋਣ ਬਾਹਰ ਲਾਣੋ ਪਾਰ ਜਾ ਕੇ ਮਥਾਨ ਲੈ ਕੇ ਬਣਾ ਲੈਣ ਦੁਕਾਨਾਂ ਉਹਨਾਂ ਨੂੰ ਵੇਚੜੀਆਂ ਵੇਚੜੀਆਂ ਅਲਾਰਟ ਉਹਨਾਂ ਨੂੰ ਹੋਈਆਂ ਸਨ ਹੋਈਆਂ ਨਹੀਂ ਅੱਛਾ ਕੋਈ ਇੱਕ ਦੋ ਹੈ ਜਿਨ੍ਹਾਂ ਦਾ ਰਾਈਆਂ ਹਜੇ ਦੁਕਾਨਾਂ ਰੱਖ ਲਈਆਂ ਨੇ ਅੱਛਾ ਰਾਈ ਵੀ ਹੈ ਨੇ ਮਾਜ ਰਾਈ ਰਾਈ ਹੈ ਨੇ ਮੰਡੀ ਹੈ ਨੇ ਇੱਥੇ ਸਾਡੇ ਮਹੱਲੇ 'ਚ ਹਾਂ ਜਾਂ ਸਾਡਾ ਕੁਲਬਾ ਅੱਛਾ ਇਹ ਦੋ ਦਰਦਿਆਂ ਦੇ ਇੱਕ ਦੋ ਘਰ ਨੇ ਠੀਕ ਹੈ ਇੱਕ ਘਰ ਜੱਟਾਂ ਦਾ ਠੀਕ ਹੈ ਦੂਜਾ ਗੜੀ ਜੋਰ ਤੀਜਾ ਘਰ ਕੋਲ ਇਹ ਜਿਹੜਾ ਸਟੇਸ਼ਨ ਇਹ ਕਦੋਂ ਬਣਿਆ ਇਹ ਤਾਂ ਕਿਸੇ ਨੂੰ ਹੋਰ ਪਤਾ ਪੁੱਦਾ ਪੜਾ ਬਣੇ ਆ ਇਹ ਸਾਡੀ ਹੋ ਜਾਂਦਾ ਇਹ ਗੱਲ ਇੰਗਰੇਜ਼ਾਂ ਦੇ ਵੇਲੇ ਦਾ ਹੀ ਬਣਿਆ ਹੈ। ਅੱਛਾ ਉਹ ਜੀ ਤੁਸੀਂ ਇੱਥੋਂ ਆਉਂਦੇ ਜਾਂਦੇ ਰਹੋ ਰੇਲ ਤੇ। ਬੁੜੀ ਵਾਲੀਆਂ ਸ਼ਹਿਰ ਜਾਈਂ ਜਾਈ ਦੇ ਰੇਲ ਤੇ। ਕਿੰਨਾ ਕਰਾਇਆ ਹੁੰਦਾ ਸੀ ਉਦੋਂ ਪੁਰਾਣੇ। ਉਦੋਂ 8-9 4 ਰੁਪਏ ਕਰਾਇਆ ਸ਼ਹਿਰ ਦਾ ਹੁੰਦਾ ਸੀ। 4 ਰੁਪਏ ਗੁਜਰਾਵਾਲੇ ਦਾ ਕਰਾਇਆ ਘਖੜੋਂ। ਜੀਆ। ਕੀ ਬਾਤ ਹੈ। ਤੇ 7-8 ਰੁਪਏ ਹੂੰ ਪਾਸ ਬਣਾਉਂਦੇ ਹਨ ਜਿਹੜੇ ਬੰਦੇ ਮਹੀਨੇ ਦਾ। ਮਹੀਨੇ ਦਾ ਉਹ 7 ਰੁਪਏ 10 ਰੁਪਏ ਮਹੀਨੇ ਤੇ ਲੱਗਦੇ ਹਨ ਪਾਸ ਤੇ। ਉਹ ਹਰ ਗੱਡੀ ਦਾ ਦੁਕਾਨਦਾਰ ਵੇਖੇ ਨਾ ਹਾਂ ਸੇ ਸੇ ਆ ਕੇ ਦੁਕਾਨ ਪਾਈਆਂ ਸੇ ਹਾਂ ਹਮ ਕਰਿਆਣਿਆਂ ਦੀਆਂ ਹਾਂ ਉਹ ਖਦਾ ਜਨਮ ਸਿੰਘ ਉਹ ਬੰਦਾੜਾ ਚੰਗਾ ਵਰਤਿਆ ਉਹਨੂੰ ਚੰਗੀਆਂ ਯਾਦਾਂ ਨਾ ਯਾਦ ਕਰਨਾ ਉਹਨੂੰ ਵੇਖਿਆ ਬਾਬਾ ਚਾਰ ਗੱਡੀਆਂ ਇੱਥੋਂ ਖਲੋਦੀਆਂ ਤੇ ਚਾਰ ਵੀਰਾਂ ਖਲੋਦੀਆਂ ਗੱਡੀਆਂ ਉਦੋਂ ਇੱਥੇ ਹਰ ਗੱਡੀ ਖਲੋਕ ਜਾਂਦੀ ਗਖੜ ਚ ਗਖੜ ਠੀਕ ਹੈ ਉਹ ਗੱਡੀ ਕਦੀ ਖਿੰਡਾਈ ਨਹੀਂ ਅੱਛਾ ਉਹ ਜੇ 50 ਰੁਪਏ ਵਟੇ ਨਾ 50 ਰੁਪਏ ਲੈ ਕੇ ਜਾ ਟੁਰ ਗਿਆ ਸੌਦਾ ਲੈ ਕੇ ਵਾਪਸ ਸੌਦਾ ਲੈ ਕੇ ਦੂਜੀ ਗੱਡੀ ਚੋਂ ਬਾਪਾ ਤਾ ਗਿਆ ਵਾਹ ਜੀ ਵਾਹ ਉਹ ਦੋ ਉਤਰਿਆ ਫਿਰ ਸ਼ਹਿਰ ਦੇ ਰੋਜ਼ ਲਾਂਦਾ ਤੇ ਕਦੇ ਫ੍ਰੀ ਵੀ ਬਹਿ ਜਾਂਦੇ ਹੁਦਾ ਲਾ ਕੇ ਕਿ ਨਹੀਂ ਨਿੱਕਿਆ ਹੁੰਦਾ ਨਹੀਂ ਅਸੀਂ ਤਾਂ ਨਹੀਂ ਬੈਠੇ ਤਾਂ ਬੈਂਦੇ ਹਣ ਅੱਛਾ ਯਾ ਇਹਦੇ ਘਟ ਜਾਂਦੇ ਕੋਈ ਕੰਮ ਹੋਵੇ ਤਾਂ ਜਾਣਾ ਇੱਥੋਂ ਟਾਂਗੇ ਵੀ ਚੱਲਦੇ ਹਨ ਗੁਜਰਾਂ ਵਾਲੇ ਦੇ ਪਹਿਲੂ ਟਾਂਗੇ ਹੀ ਤਾਂ ਗੱਡੀਆਂ ਹਨ ਜਾਂ ਟਾਂਗੇ ਹਨ ਟਾਂਗਿਆਂ ਦਾ ਕੀ ਕਰਾਇਆ ਹੁੰਦਾ ਸੀ ਉਹ ਟਾਂਗਿਆਂ ਦਾ ਹੀ ਉਹ ਚਾਰਾਂ ਨੇ ਆਠਾ ਨਹੀਂ ਕਰਾਇਆ ਹੁੰਦਾ ਇੱਥੋਂ ਬਹਿਣਾ ਜਾਂ ਸ਼ਹਿਰ ਜਾਣਾ ਸ਼ਹਿਰ ਜਾਣਾ ਵਾਹ ਜੀ ਵਾਹ ਵਾਹ ਜੀ ਬਈ ਨੇ ਉਹ ਚਾਰਾਂ ਨੇ ਵੀ ਬੁਖਤ ਵੀ ਬੜੀ ਹੈ ਨਾ ਇੱਥੇ ਜਿਹੜਾ ਆਪਣਾ ਗਖੜ ਹੈ ਜੀ ਇੱਥੇ ਆਪਣੇ ਕਸ਼ਮੀਰੀ ਬਲਦਰੀ ਚੋ ਕੋਈ ਬੰਦਾ ਪਹਿਲਵਾਨੀ ਵੀ ਕਰਦਾ ਹੈ ਹੁੰਦਾ ਹੈ ਨਾ ਕੋਈ ਵਟਾ ਚੁੱਕਦਾ ਹੈ ਕੋਈ ਬਾਹ ਫੜਦਾ ਹੈ ਕੋਈ ਇਸ ਤਰ੍ਹਾਂ ਨਹੀਂ ਇੱਥੇ ਇਹ ਕੋਈ ਨਹੀਂ ਸਾਡੇ ਪਹਿਲਵਾਨੀ ਵਾਲਾ ਬੰਦਾ ਕੋਈ ਪਹਿਲਵਾਨੀ ਵਾਲਾ ਬੰਦਾ ਕੋਈ ਨਹੀਂ ਹਾਂ ਤੇ ਕੋਈ ਪਰਾਣਿਆਂ ਚੋ ਕੋਈ ਗਾਉਣ ਵਾਲਾ ਬੰਦਾ ਹੈ ਇਲਾਕੇ ਚ ਕੋਈ ਬੰਦਾ ਹੋਵੇ ਜਿਹੜਾ ਮਸ਼ਹੂਰ ਹੋਵੇ ਕੋਈ ਗਾਉਣ ਵਾਲਾ ਇੱਥੇ ਹੁੰਦਾ ਸੀ ਨਵਾਬ ਕਮਿਹਾਰ ਹੁੰਦਾ ਸੀ ਨਾਦ ਦੇ ਕੋਟ ਦਾ ਅੱਛਾ ਨਵਾਬ ਕਮਿਆਰ ਨੈਦੇਕੋਟ ਦਾ ਨੈਦੇਕੋਟ ਦਾ ਉਹ گاਉਂਦਾ ਹੈ ਉਹ گاਉਂਦਾ ਹੈ ਉਹ ਹਰ ਮੇਲਿਆਂ ਤੇ ਜਾਣਾ ਉਥੇ ਗਾਉਣਾ ਸੁਣਿਆ ਕਦੇ ਤੁਹਾਂ ਵੀ ਸੁਣਿਆ ਹਣ ਬੜਜਾਈਦਾ ਹੈ ਕਿੱਥੇ ਸੁਣਿਆ ਇਹ ਇੱਥੇ ਨੌਸ਼ੋ ਸਾਹਿਬ ਜਾਂਦਾ ਹੈ ਉਹ ਅੱਛਾ ਇੱਥੇ ਵੀ ਜਿੱਥੇ ਮੇਲਾ ਲੱਗਦਾ ਹੈ ਨਾ ਉਥੇ ਹੋਲਾ ਨਾ ਆਜ ਪਿੰਡ 'ਚ ਕੋਈ ਹੈ ਜਿੱਥੇ ਦਰਬਾਰ ਨਹੀਂ ਅੱਛਾ ਤੇ ਦਰਬਾਰਾਂ ਦੇ ਸਾਲ ਬਾਅਦ ਮੇਲੇ ਕਰਾਂਦੇ ਹੀ ਨਹੀਂ ਲੋਕ ਇੱਥੇ ਜਿਹੜਾ ਗਖੜ ਹੈ ਇੱਥੇ ਕਿਹੜੇ ਕਿਹੜੇ ਦਰਬਾਰ ਨੇ ਜਿੱਥੇ ਮੇਲਾ ਹੁੰਦਾ ਹੈ ਇਥੇ ਪੀਰ ਅਬਦੁੱਲਾ ਸ਼ਾਹ ਦਾ ਵੱਡਾ ਦਰਬਾਰ ਜਿਹੜਾ ਨਾ ਉਹ ਹੈ ਠੀਕ ਹੈ ਉੱਥੇ ਮੇਲਾ ਲੱਗਦਾ ਸਾਲ ਦੇ ਸਾਲ ਠੀਕ ਹੋ ਗਿਆ ਇੱਥੇ ਸਾਡੇ ਮਹੱਲੇ ਦੇ ਦਰਬਾਰ ਹੈ ਹੂੰ ਪਹਿਲਾਂ ਤਾਂ ਕੋਈ ਨਹੀਂ ਲੱਗਦਾ ਹੂੰ ਹੁਣ ਇੱਕ ਮੇਰਾ ਆਪਣੇ ਨਾ ਹੀ ਹੈ ਅੱਛਾ ਉਹ ਉਹ ਆ ਕੇ ਨਾ ਉਸਾਬਨਾ ਬਾਤ ਕੀਤਾ ਉਹ ਲੰਗਰ ਸ਼ੰਗਰ ਬਣਦਾ ਲੰਗਰ ਬਣਦਾ ਸਾਲ ਦੇ ਸਾਲ ਅੱਛਾ ਲੰਗਰ ਦਿੰਦਾ ਐ ਦੋ ਹੋ ਗਏ ਇੱਕ ਤੇ ਪੀਰ ਅਬਦੁੱਲਾ ਸ਼ਾਹ ਹੋ ਗਿਆ ਇੱਕ ਤੁਹਾਡੇ ਮੱਲੇ ਹੋ ਗਏ ਹੋਰ ਕੋਈ ਦਰਬਾਰ ਇੱਥੇ ਦੇ ਰੋ ਦਰਬਾਰ ਦੁਆਲੇ ਆਣ ਨਿਕੇ ਨਿਕੇ ਹੋਣ ਮੇਲੇ ਲੱਗਦੇ ਨੇ ਮੇਲੇ ਲੱਗਦੇ ਨੇ ਨਾ ਨਿਕੇ ਨਿਕੇ ਤੇ ਜੇ ਚਾਚਾ ਜੀ ਉੰਜ ਵੇਲੇ ਦੀ ਗੱਲ ਕਰੀਏ ਨਾ ਜੀ ਉੰਜ ਵਕਤ ਪਹਿਲਾਂ ਅੱਜ ਤੋਂ 40 50 ਸਾਲ ਪਹਿਲਾਂ ਚੰਗਾ ਹੀ ਆ ਅੱਜ ਚੰਗਾ ਹੈ ਮਿਲਨ ਵਰਤਨ ਦੇ ਹਿਸਾਬ ਨਾਲ ਜਿਹੜਾ ਪਹਿਲਾਂ ਵੇਲਾ ਸੀ ਉਹ ਅੱਜ ਨਹੀਂ ਤੱਕਦਾ ਅੱਛਾ ਜੀ ਜੀ ਉਹ ਕਿਵੇਂ ਉਹ ਉਹ ਹਰ ਬੰਦੇ ਨੂੰ ਹਰ ਬੰਦੇ ਦੀ ਤਕਲੀਫ ਨੂੰ ਤਰਦਾਜ ਕਰਦਾ ਹੈ ਵਾਹ ਜੀ ਵਾਹ ਵਾਹ ਜੇ ਤੂੰ ਮੇਰਾ ਗਵੰਡੀ ਹੈ ਨਾ ਤੈਨੂੰ ਕੋਈ ਤਕਲੀਫ ਹੈ ਨਾ ਆ ਤੈਨੂੰ ਪੁੱਛਣਾ ਭਾਈ ਪੁੱਤਰਾ ਤੈਨੂੰ ਕਿਹੜੀ ਤਕਲੀਫ ਹੈ ਕੋਈ ਦਾਣਿਆਂ ਦੀ ਲੋੜ ਹੀ ਕੋਈ ਘੋੜੀ ਦੀ ਲੋੜ ਹੀ ਕੋਈ ਕੱਪੜੇ ਦੀ ਲੋੜ ਹੀ ਇੱਕ ਦੂਜੇ ਦਾ ਸਾਥ ਕਰਦੇ ਨੇ ਲੋਕ ਤੇ ਹੁਣ ਹੁਣ ਪਿਓ ਪੁੱਤਰ ਦਾ ਨਹੀਂ ਕਰਦਾ ਪੁੱਤਰ ਪਿਓ ਦਾ ਨਹੀਂ ਕਰਦਾ ਜਿਹੜਾ ਦਿਮਾਨ ਆ ਨਹੀਂ ਹਾਂ ਜੀ ਹਾਂ ਜੀ ਅੱਛਾ ਉਹ ਵੇਲਾ ਠੀਕ ਸੀ ਇੱਡਾ ਵੇਲਾ ਚੰਗਾ ਹੂੰ ਉਦੋਂ ਜਿਹੜਾ 2 ਰੁਪਏ ਰੋਜ਼ ਦਾ ਕਮਾਲੀਂਦਾ ਸੀ ਨਾ ਬਾਅਦ ਚੋਂ ਆਂਦਾ ਸੀ ਮੈਂ ਸ਼ਰਾਬ ਦੀ ਨਾ ਬੋਤਲ ਜਿਹਨਾਂ ਨਜਾ ਉਹ ਬੋਤਲ ਜਿਹਨੇ ਧੋ ਕਮਾ ਲੈਣੇ ਧੋ ਧੋ ਕਮਾ ਲੈਣ ਵਾਹ ਪਰ ਉਦੋਂ ਦੋ ਵੀ ਹੂੰ ਮੈਂ ਹਣ ਮੰਡੀ ਸਾਰੀ ਉਮਰ ਮੰਡੀ ਲਗਾਈ ਇੱਥੇ ਗੱਖੜੀ ਗੱਖੜੀ ਅੱਛਾ 7 ਰੁਪਏ ਮਣ ਮੁੰਜੀ ਵੇਚੀ ਵਾਹ 7 ਰੁਪਏ ਮਣ ਕਣਕ ਵੀ ਵੇਚੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਤੇ 7 ਰੁਪਏ ਵੱਟੀ ਘੋ ਵੀ ਲੈ ਕੇ ਖਾਦਾ 7 ਰੁਪਏ ਦਾ ਸਾਢੇ 3/4 ਕਿਲੋ ਸਾਢੇ 3/4 ਦਾ ਕਿਲੋ ਵਾਹ ਜੀ ਵਾਹ ਵਾਹ ਜੀ ਵਾਹ ਅੱਛਾ ਇਹ ਜਿਹੜੀ ਤੁਹਾਡੇ ਵਾਲੀ ਮੰਡੀ ਇੱਥੇ ਕੀ ਕੀ ਜਿੰਨਾਂ ਸੌਂਦੀ ਹੁੰਦੀ ਹੈ ਜਦੋਂ ਤੁਸੀਂ ਕੰਮ ਕਰਦੇ ਉਦੋਂ ਮੈਂ ਦਿੰਦਾ ਮੁੰਜੀ ਵੀ ਆਉਂਦੀ ਕਣਕ ਵੀ ਆਉਂਦੀ ਹੂੰ ਤੋੜੀਆਂ ਆਉਂਦਾ ਹੈ ਜਿਹੜਾ ਤੇਲ ਨਿਕਲਦਾ ਹੈ ਅਸਰੋਂ ਜਿੰਨਾਂ ਆਉਂਦੇ ਨੇ ਜਾਂ ਅੱਛਾ ਕਪਾਹ ਆਉਂਦੀ ਸੀ ਅੱਛਾ ਗੋੜਾ ਆਉਂਦਾ ਸੀ ਵਾਹ ਜੀ ਵਾਹ ਹਰ ਸ਼ਾਇਦ ਤੇ ਆਉਂਦੀ ਸੀ ਠੀਕ ਹੈ ਕਿਉਂ ਉਧਰੋਂ ਗੁਈਆਲੇ ਮੰਡੀ ਹੀ ਉਧਰ ਵਾਲੀਪੁਰ ਮੰਡੀ ਹੀ ਉਧਰੋਂ ਜ਼ੀਰਾਬਾਦ ਮੰਡੀ ਉਧਰੋਂ ਇੱਕ ਅਖੜ ਵਿਚਕਾਰ ਇਹ ਏਰੀਆ ਹੀ ਨਾ ਸਾਰਾ ਇੱਥੇ ਹਮਲਾ ਹੈ ਅੱਛਾ ਅੱਛਾ ਤੇ ਮੰਡੀ ਹੁਣ ਵੀ ਉੰਜੀ ਆਬਾਦ ਹੈ ਮੰਡੀ ਹੁਣ 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 ਕਾਰਖਾਨੇ ਆਬਾਦ ਨੇ ਮੰਡੀ ਨਹੀਂ ਬਾਦ ਅੱਛਾ ਮੰਡੀ ਸਮਝੋ ਮੁੱਕਦੀ ਜਾਂਦੀ ਹੈ ਮੰਡੀ ਮੁੱਕੇ ਮੰਡੀ ਹੁਣ ਸਾਰਿਆਂ ਲੋਕਾਂ ਨੇ ਦਫ਼ਤਰ ਬਣਾਏ ਨੇ ਅੱਛਾ ਅੱਛਾ ਮਾ ਜਿੰਨੇ ਨਾ ਬਾਰੋ-ਬਾਰ ਚੋਕ ਲੈਣੇ ਬਾਰੋ-ਬਾਰ ਕਾਰਖਾਨੇ ਜਾਂਦੇ ਮੰਡੀ ਉਹ ਮੰਡੀ ਦਾ ਉਸ ਤਰ੍ਹਾਂ ਦੀ ਰੌਣਕ ਨਹੀਂ ਰਹੀ ਕਿਵੇਂ ਰੌਣਕ ਹੁੰਦੀ ਸੀ ਜਦੋਂ ਸੀਜ਼ਨ ਹੁੰਦਾ ਸੀ ਰੌਣਕ ਹਾਂ ਨਾ ਦਿਨੇ ਨਾ ਰਾਤੀ ਹਾਂ ਉਹ ਤੇ ਚੈਨ ਹੀ ਨਹੀਂ ਆਉਂਦਾ ਬਾਜ਼ਾਰ ਜਰਾ ਹੀ ਨਹੀਂ ਮਿਲਦਾ ਹੁੰਦਾ ਜਲੇਬੀਆਂ ਲੱਡੂ ਚੱਲਦੇ ਆ ਚਾਰ ਚਾਹ ਸੀਜ਼ਨ ਜਿਹੜਾ ਹਣੂ ਉਦੋਂ ਜਿੰਨ ਜਿਆਦਾ ਹੁੰਦੀ ਰਾਤ ਨੂੰ ਜਿਆਦਾ ਹੁੰਦੀ ਠੀਕ ਹੈ ਉਦੋਂ ਖੋਤਿਆਂ ਤੇ ਆਉਂਦੀ ਜਿੰਨ ਅੱਛਾ ਖੋਤੇ ਕਮਿਆਰ ਖੋਤੇ ਦਾ ਲੱਤੀ ਲੈ ਕੇ ਆਉਣੀ ਠੀਕ ਹੈ ਉਹਨਾਂ ਆ ਕੇ ਦੁੱਧ ਜਲੇਬੀਆਂ ਖਾਣੀਆਂ ਵਾਹ ਵਾਹ ਜੀ ਵਾਹ ਉਦੋਂ ਦੇਸੀ ਕੀ ਹੋਣੇ ਹਨ ਹਾਂ ਹਾਂ ਦੇਸੀ ਕੀ ਹੋਦੀਆਂ ਜਲੇਬੀਆਂ ਤੇ ਵਿਆਹਾਂ ਤੇ ਵੀ ਕਿਹੋ ਚੱਲਦਾ ਸੀ ਆਮ ਦੇਸੀ ਕੀ ਹੋ ਉਹ ਪਹਿਲਾਂ ਚੱਲਦਾ ਸੀ ਤੁਹਾਡੇ ਵਿਆਹ ਤੇ ਵੀ ਚੱਲਿਆ ਸੀ ਕਿ ਨਹੀਂ ਫਿਰ ਤੇ ਮੇਰੇ ਵਿਆਹ ਤੇ ਚੱਲੇ ਮੇਰੇ ਵਿਆਹ ਤੇ ਆ ਵਿਛ ਦੇਤੀ ਅੱਛਾ ਉਦੋਂ ਆ ਡਾਲਡੇ ਨੂੰ ਹੁੰਦੇ ਨੇ ਕੁੰਦਾ ਅੱਛਾ ਸਾਡੀ ਬਰਾਦੀ ਜਿਹੜੀ ਨਾ ਇੱਕ ਬੰਦੇ ਦੀ ਡਿਊਟੀ ਲਾਇਓ ਕਿਉਂ ਚੈੱਕ ਕਰਦਾ ਸੀ ਬਾਈ ਕੁੰਦਾ ਤਾਂ ਨਹੀਂ ਵਰਦੇ ਵਾਹ ਜੀ ਵਾਹ ਅੱਛਾ ਇੰਨਾ ਉਹ ਸੀ ਖਿਆਲ ਕਿ ਦੇਸੀ ਖਵਾਨ ਠੀਕ ਹੈ ਵਾਹ ਜੀ ਵਾਹ ਅੱਛਾ ਉਹ ਇਹਨਾਂ ਉਹਦੋਂ ਵੇਲੇ ਬੜੇ ਚੰਗੇ ਕੁਝ ਵਿਆਹਾਂ ਤੇ ਉਦੋਂ ਕੀ ਦਿੰਦੇ ਹਣੇ ਕਿਓ ਹੋ ਗਿਆ ਉਦੋਂ ਗੋਸ਼ਤ ਹੀ ਹੁੰਦਾ ਸੀ ਵੱਡਾ ਠੀਕ ਹੈ ਵੱਡਾ ਗੋਸ਼ਤ ਜਲੇਬੀਆਂ ਚਿਲੇਬੀਆਂ ਲੱਡੂ ਲੱਡੀ ਛੱਡੂ ਆਏ ਦਿੰਦੇ ਆ ਤੇ ਰਾਤ ਵੀ ਰਹਿੰਦੀ ਸੀ ਬਰਾਤ ਜਾ ਕੇ ਨਹੀਂ ਰਾਤ ਕੋਈ ਸੋਚ ਇੱਕ ਰਹਿੰਦੀ ਅੱਛਾ ਦਿਨੇ ਦਿਨੇ ਪਰਤਾਂ ਦਿਨੇ ਦਿਨੇ ਸਹੀ ਤੇ ਤਾਂਗਿਆਂ ਤੇ ਜਾਣਾ ਟਾਂਗਿਆਂ ਤੇ ਅੱਛਾ ਜੇ ਟਾਂਗਿਆਂ ਤੇ ਭਾਵੇਂ 10 ਮੀਲ ਦਾ ਸਫਰ ਹੈ ਭਾਵੇਂ 15 ਮੀਲ ਦਾ ਸਫਰ ਹੈ ਟਾਂਗਿਆਂ ਤੇ ਟਾਂਗਿਆਂ ਤੇ ਜਾਣਾ ਹੁਣ ਤੇ ਮੇਰੇ ਤਾਂ ਟਾਂਗੇ ਕੱਖੋਂ ਮੁੱਕ ਨਹੀਂ ਗਏ ਕਿ ਕਿੰਨੇ ਚੱਲਦਾ ਹੈ ਨਾ ਜਾਣ ਕੋਈ ਇੱਕ ਦੋ ਪੇਰ ਰੱਖੇ ਚੌਕੀਆਂ ਇੱਥੇ ਮੁੱਕ ਗਏ ਨੇ ਹਣਾ ਇੱਥੇ ਮੁੱਕ ਗਏ ਨੇ ਇੱਥੇ ਤੋਂ ਹੁਣ ਆ ਚੰਦ ਗਾੜੀਆਂ ਰਹਿ ਗਈਆਂ ਹਾਂਜੀ ਸ਼ਹਿਰ ਵੀ ਪੈਦਲ ਜਾਂਦੇ ਰਹੋ ਕਿ ਨਹੀਂ ਗੁਜਰਾਂ ਲੈ ਨਹੀਂ ਉਹ ਡੇੜੀਆਂ ਰੱਖੀਆਂ ਨੇ ਮੈਂ ਉਹ ਡੇੜੀਆਂ ਦੇ ਨਾਲ ਜਾਈਦਾ ਸੀ ਅੱਛਾ ਉਹ ਨਹੀਂ ਗਿਆ ਪੈਦਲ ਇਹ ਸਮਾਨ ਲੈ ਕੇ ਰੇੜੀਆਂ ਤੇ ਜਾਂਦੇ ਆ। ਹਾਂ ਸਮਾਨ ਲੈ ਕੇ ਜਾਈਦਾ ਇਹ ਨਾ ਜਿਹੜੀਆਂ ਰੇੜੀਆਂ ਰੇੜੀਆਂ ਰੱਖੀਆਂ ਮੰਡੀ ਚ ਮੰਡੀ ਚ। ਜੋ ਫਿਰ ਮੇਰੇ ਮਾਲ ਹੁੰਦਾ ਹੈ ਨਾ ਸ਼ਹਿਰ ਦਾ ਕਰਾਇਆ ਉਹ ਫਿਰ ਲੈ ਕੇ ਜਾਈਦਾ ਹੈ। ਕਿਉਂ ਫਿਰ ਤੂੰ ਸਾ ਵੀ ਬੜਾ ਖਾਦਾ ਦੇਸੀ? ਨਹੀਂ ਕਿਉਂ? ਹੂੰ ਇਹਨਾਂ ਦੀ ਮਾਂ ਜਿੰਨਾ ਦੇ ਜਿਉਂਦੀ ਦੇ ਇਹਨਾਂ ਬੁਲਾਤੇ ਨਹੀਂ ਖਾਦਾ। ਅੱਛਾ ਖਾਦਾ ਹੀ ਨਹੀਂ ਕੁੰਦਾ। ਨਾ। ਇਹ ਮੋਈ ਏ ਤੇ ਮਗਰੋਂ ਹੁਣ ਕੁੰਦਾ। ਉਹਨਾਂ ਤੇ ਸਾਰੇ ਹੀ ਕੁੰਦਾ ਕਰਦੇ। ਉਹਨਾਂ ਉਹਨਾਂ ਗੱਲ ਕਰਨ ਆ। ਉਹ ਮੱਝ ਜੀ ਹੁੰਦੀ ਹੀ ਘਰ। ਆਹ ਮੱਝ ਇਹ ਕਿਤੇ ਲਾਜ਼ਮੀ ਸੂਈ ਹੁੰਦੀ ਵਾਹ ਜੀ ਵਾਹ ਜੀ ਤੇ ਉਹ ਸੈਣੀ ਖਦਾ ਨੂੰ ਜਨਨ ਤੀਵ ਕਰੇ ਜਿਹੜਾ ਕੰਮ ਚੰਗਾ ਕਰੇ ਭਾਵੇਂ ਕੌਣ ਹੋਵੇ ਹਾਂਜੀ ਉਹ ਪ੍ਰੋਟੀਨ ਕਿਓ ਦਾ ਨਾ ਹਮ ਮੱਝ 2 ਮਹੀਨੇ ਭੱਜ ਜਾਂਦੀ ਉਹ ਪ੍ਰੋਟੀਨ ਬਣਾ ਲੈਣਾ ਉਹ ਪ੍ਰੋਟੀਨ ਕਿਓ ਦਾ 7-8 ਮਹੀਨੇ ਬਣਾ ਲੈਣਾ ਉਹ ਖਾਂਦਿਆਂ ਲੈਣਾ ਉਹ ਮਹੀਨਾ ਡੇਢ 2 ਖਾਣਾ ਦਰੋਂ ਫਿਰ ਤੂੰ ਪੈਂਦੀ ਵਾਹ ਜੀ ਵਾਹ ਜੀ ਉਹ ਰਾਂ ਜਿਉਂਦਿਆਂ ਕਿ ਬਲਤੀ ਕਿਓ ਨਹੀਂ ਖਾਤਾ ਬੜੀ ਨਾ ਰੋਟੀਆਂ ਤੇ ਨਾ ਆਂਡੀ ਉਹਨ ਤਾਂ ਜੱਟਾਂ ਨੂੰ ਵੀ ਨਹੀਂ ਲੱਭਦਾ ਦੇਸੀ ਜੱਟਾਂ ਨੂੰ ਜੱਟ ਅੱਗੇ ਗੁੱਜਰ ਦੁੱਧ ਵੇਚਦੇ ਹਨ ਹੁਣ ਜੱਟ ਦੁੱਧ ਵੇਚਦੇ ਆਹ ਇੰਨੀ ਗੱਲ ਆ ਕਿਸੇ ਜੱਟ ਘਰ ਜਿਹੜਾ ਨੇ ਲੱਸੀ ਕੋ ਨਹੀਂ ਹੁਣ ਲੱਭਦੀ ਇਹ ਮਜ਼ਾਕ ਦੀ ਗੱਲ ਹੈ ਹਾਂ ਅੱਜ ਆ ਮਹੀਨਾ ਦੋ ਹੋਇਆ ਆ ਗਰਮੀਆਂ ਬੀਜੀਆਂ ਦੀ ਗੱਲ ਹੈ ਅੱਛਾ ਇੱਦਾਂ ਨਾ ਕੋਲੜੀ ਆ ਸਾਡੇ ਕੋਲ ਅੱਛਾ ਜੀ ਉਹਨਾਂ ਇੱਕ ਜੱਟ ਹਾਂ ਉਦੋਂ ਇੰਨੇ ਗੂਏ ਚਸਤੇ ਨੇ ਹਣ ਜੱਟ ਹਾਂ ਸੀਸਾਤਰ ਵੀ ਮਨ ਮੁੰਦੀ ਹੁੰਦੀ ਰਕੇ ਕਮੁੰਜੀ ਲੰਦਾ ਇਹ ਤਾਂ ਕਣਕ ਨਹੀਂ 20 ਦਾ ਕਣਕ ਲੰਦਾ ਇਹ ਮੁੰਜੀ ਨਹੀਂ ਪੀਜਦਾ ਹੂੰ ਉਹ ਨਾ origignal ਉਹਦਾ ਬਾਲ ਹੋ ਗਿਆ ਅੱਛਾ ਮੈਂ ਚੋਰੀ ਮਹੰਮ ਸ਼ਾਹ ਕੋ ਤੋਂ ਹੋਇਆ ਗਦਾਂ ਨੂੰ ਜਨਮ ਦੀ ਫੋਟੋ ਹੋ ਗਿਆ ਹੁਣੇ ਮਹੀਨਾ 2 ਹੋਇਆ ਹੂੰ ਉਹ ਰੋ ਕੰਮ ਕਰਦਾ ਹੂੰ ਹੂੰ ਨਾ ਹਣਾ ਚੋਰੀ ਸਾਹ ਪਈਆ 100 ਚਾਹੀਦਾ ਅੱਛਾ ਕੀ ਕਰਨਾ ਜੱਟ ਨੇ ਕਹਿਣਾ ਜੱਟ ਨੇ ਉਹਨੇ ਆਖਣਾ ਆੜਤੀ ਨੂੰ ਅੱਛਾ ਤੁਸੀਂ ਕਹਿਣਾ ਚਾਹ 100 ਰੁਪਇਆ ਲੈ ਕੇ ਹੂੰ ਫੁੱਲ ਮਹਾਨੇ ਬਦਾਮ ਸ਼ਿਦਾਮ ਨਾ ਨੀਲੀ ਖੜਨੀ ਅੱਛਾ ਅੱਛਾ ਚਿਲੇ ਆਸੇ ਚਿਲੇ ਆ ਹੋਰ ਕਿਤੇ ਨਾ ਗਰਮੀਆਂ ਇਹਨੂੰ ਮਿਲ ਪੈ ਤਾ ਹਾਂ ਇੱਥੇ ਮਿਲ ਪਿਆ ਨਾ ਪਾ ਕੀ ਹਾਲ ਹੈ ਮੈਂ ਹਸਣਾ ਹਾਂ ਜੀਮੀ ਦਾ ਮਰਬਾ ਹੈ ਜਿਹੋਰਾ ਅੱਛਾ ਅੱਛਾ ਇੱਕ ਹੀ ਪੁੱਤਰ ਹੈ ਹੋਰਾ ਹਾਂ ਇਹ ਗਰਮੀਆਂ ਦੀ ਮਿਲਿਆ ਬਾਵਾ ਸਾਲਾਂ ਬਾਅਦ ਹਾਂ ਉਹਨੂੰ ਬਾਹਰ ਕਾਚਿਆ ਅੱਛਾ ਉਹ ਜੀਮੀ ਦਾ ਮਰਬਾ ਹੈ ਹਾਂ ਆਪ ਵੀ ਉਹ ਮੁੰਡਾ ਰ ਮਾ ਪਿਓ ਨੂੰ ਵੀ ਲੈ ਗਿਆ ਮਾਂ ਨੂੰ ਵੀ ਲੈ ਗਿਆ ਸਾਰਿਆਂ ਨੂੰ ਲੈ ਗਿਆ ਲੈ ਗਿਆ ਹਾਂ ਉਹ ਸਾਲ ਬਾਅਦ ਆਉਂਦਾ ਹਮ ਬੰਦਾ ਰੱਖਿਆ ਉਹ ਕਣਕ ਵੀ ਪਜਾ ਜਾਂਦਾ ਹਮ ਤੇ ਪੱਕਣੀ ਉਹ ਸੋਨੇ ਵੱਡਾ ਜਾਂਦਾ ਅੱਗੇ ਅਗੋਂ ਮੁੰਜੀ ਲਵਾ ਕੇ ਇਹ ਟੁੱਟ ਜਾਂਦਾ ਜੱਟ ਉਹ ਜੱਟ ਨਹੀਂ ਰਹਿ ਨਾ ਉਹ ਬਾਰਾ ਘਿਓ ਦੁੱਧ ਨਾ ਕੋਈ ਸ਼ਾਇ ਨਹੀਂ ਰਹੀ ਸਾਹ ਨਾ ਹੁਣ ਉਹ ਨਾਂ ਦੇ ਜੱਟ ਨੇ ਖਾਣਾ ਵੀ ਕੋਈ ਨਹੀਂ ਵੇਚਣਾ ਪਾਣੀ ਵੇਚਦਾ ਵਾ ਬਾਚ ਹੁਣ 200 ਦੁੱਧ ਵੀ ਪਾਣੀ ਵੀ ਹਰ ਸ਼ੈ ਲੰਗੀ ਜਾਂਦੀ ਪਾਊਡਰ ਵੀ ਜੀ ਐਂਜੀ ਕੋਈ ਨਾ ਅ ਜਿੰਨਾ ਜਦਾਂ ਸਾਡੇ ਕੋਲ ਮਿਲ ਰਹੀ ਹੈ ਨਾ ਤਾਂ ਗੰਨਾ ਮਿਲਦੀ ਰਾਲੀ ਰਾਲੀ ਜਿੰਨਾ ਦੇ ਰੋ ਰਹੀ ਹੈ ਨਾ ਹਾਂ ਨਾ ਡੰਗਰ ਲਿਸੇ ਹੁੰਦੇ ਹਨ ਨਾ ਬੰਦਾ ਹੀ ਲਿਸੇ ਹੁੰਦੇ ਆ ਉਹ ਕਿਵੇਂ ਕਮਾਦ ਹੁੰਦਾ ਸੀ ਦੇਤੀ ਗੰਨੇ ਜੂਪਣੇ ਗੁੜ ਖਾਣੇ ਵਾਹ ਮੱਜਾਂ ਨੇ ਕਮਾਦ ਖਾਣਾ ਹਾਂ ਦੁੱਧ ਵੀ ਤਾਕਤਵਾਰ ਪੀਣਾ ਵਾਹ ਜੀ ਵਾਹ ਵਾਹ ਉਹਨੇ ਡੰਗਰ ਨੇ ਹਾਂ ਜਾ ਕੇ ਵੇਖਿਆ ਮਾ ਨਾ ਅਗਲੇ ਦਿਨ ਮੱਝਾਂ ਦੇ ਅੰਚਰੀ ਮੱਝ ਢੋਰ ਕਿੰਨੀ 14 ਸਰ ਦੁੱਧ ਦਿੰਦੀ ਹੈ ਤੇ ਹੱਡੀਆਂ ਹੋਰੀਆਂ ਨਿਕਲੀਆਂ ਉਹਨੋਂ ਬੁਲਾਦੀ ਘਾਤ ਪਾਪਾ ਕੇ ਕੁੜੀ ਆਵੀਆਂ ਮਾਰਛੜਿਆ ਮਾਰ ਛੜਿਆ ਟੀਕੇ ਲਾਲਾ ਮਾਰਛੜਿਆ ਸਹੀ ਗੱਲ ਕਰਦੇ ਉਦੋਂ ਨਾ ਡੰਗਰ ਲਈਤੇ ਹੁੰਦੇ ਹਨ ਨਾ ਬੰਦਾ ਹੀ ਲਈਤੇ ਹੁੰਦੇ ਹਨ ਵਾਹਿਗੁਰੂ ਕਮਾਦ ਚੂਪਣੇ ਮਕਾਈਆਂ ਦੀਆਂ ਛੱਲੀਆਂ ਚੂਪਣੀ ਖਾਣੀਆਂ ਖਾਣੀਆਂ ਵਾਹਿਗੁਰੂ ਵਾਹਿਗੁਰੂ ਹੁਣ ਇੱਕ ਛੱਲੀ ਖਾ ਲੋ ਨਾ ਹਾਂ ਆਬ ਆਕੜਾ ਭਾਈ ਲਈਆਂ ਉਦੋਂ ਮਾਨਾ ਚ ਕੀ ਆ ਪਿਆ ਵੀ ਭੁੰਨ ਕੇ ਹਾਂ ਦੋ ਦੋ ਤਰਾ ਤਰਾ ਛੱਲੀਆਂ ਖਾੜੀ ਦੀਆਂ ਕੋਈ ਪਤਾ ਪਤਾ ਹੀ ਨਹੀਂ ਹੁਣ ਹਾਂਜੀ ਗੱਲ ਹੈ Kanun günü kullandı. Kullandı.